ਹੁਣ ਜਿਹੜੇ ਭਰਾ ਮੰਡੀਆਂ 'ਚ ਬੈਠੇ ਆ ਝੋਨਾ ਹਨਾ 10-10 15-15 ਇਹਦਾ ਬਈ ਹਜੇ ਕੀ ਆ ਇਦੂਗਾ ਇਹਦਾ ਟ੍ਰਾਇਲ ਆ ਹਜੇ ਇਦੂਗਾ ਬਹੁਤ ਟਾਈਮ ਮਾੜਾ ਆਉਣ ਵਾਲਾ ਖੇਤੀ ਤੇ ਆਪਣੀਆਂ ਖੁਰਨੀਆਂ ਜਿਹੜਿਆਂ ਨੇ ਢਾਤੀਆਂ ਉਹਨਾਂ ਨੂੰ ਤਾਂ ਦੁਬਾਰੇ ਬਣਾਉਣੀਆਂ ਪੈਣੀਆਂ ਜਿੰਨਾਂ ਕੋਲੇ ਹਜੇ ਖੁਰਨੀਆਂ ਪੰਗਾਂ ਬਈ ਉਹ ਕਿੱਲੇ ਨਵੇਂ ਘੜਾ ਲਓ ਆਪਦੇ 2-2 ਮੱਝਾਂ ਗਾਈਆਂ ਮੈਂ ਨਹੀਂ ਕਹਿੰਦਾ ਵੱਡੇ ਫਾਰਮ ਪਾਓ ਆਪਦਾ ਬਈ ਪਸ਼ੂ ਧਨ ਦੁਬਾਰੇ ਵਾਪਸ ਲਿਆਉਣਾ ਪਊਗਾ ਠੀਕ ਹੈ ਦੇਸੀ ਮੁਰਗੀਆਂ ਦਾ ਫਾਰਮ ਕਰ ਲਓ 100 ਮੁਰਗੀ ਰੱਖ ਲਓ ਬਈ 200 ਰੱਖ ਲਓ ਉਹ ਵਧੀਆ ਤੀਜਾ ਆ ਗਿਆ ਬਈ ਜਿਹੜਾ ਆਪਣਾ ਪ੍ਰਤਨ ਜਿਹੜਾ ਪੁਰਾਣਾ ਕੰਮ ਹੈ ਬੱਕਰੀ ਪਾਲਣ ਦਾ ਬਹੁਤ ਵਧੀਆ ਕੰਮ ਹੈ ਇਹਨੂੰ ਗਰੀਬ ਬੰਦਾ ਵੀ ਜਮਾ ਕਰ ਸਕਦਾ ਇਹਨੂੰ ਅਮੀਰ ਬੰਦਾ ਵੀ ਬਈ ਜਮਾ ਕਰ ਸਕਦਾ ਤੈਨੂੰ ਬੱਕਰੇ ਕਰੀ ਜਾਂਦੇ ਕਮੈਂਟ ਕੀਤਾ ਹੀ ਇੱਕ ਨੇ ਕਹਿੰਦਾ ਬਈ ਤੈਨੂੰ ਬੱਕਰੇ ਚਾਰਦਾ ਪਿਆ ਤੇ ਕਿਸਾਨ ਮੰਡੀਆਂ 'ਚ ਬੈਠੇ ਆ ਬਈ ਉਹ ਚੀਜ਼ਾਂ ਤੋਂ ਕਰਕੇ ਤਾਂ ਅਸੀਂ ਇੱਧਰ ਆਏ ਆ ਆਹ ਚੀਜ਼ਾਂ 'ਚ ਪ੍ਰਾੜਾ ਤੈਨੂੰ ਬੋਕਾਂ ਦੀ ਟ੍ਰੇਨਿੰਗ ਦਾ ਪਿਆ ਇੱਧਰ ਜੱਟਾਂ ਦੀਆਂ ਜੀਰੀਆਂ ਰੁਲੀ ਜਾਂਦੀਆਂ ਨੇ ਮੰਡੀ ਦੇ ਵਿੱਚ ਤੂੰ ਟ੍ਰੇਨਿੰਗ ਕਰੀ ਜਾਂਦਾ ਹੁਣ ਹਾਂ ਬਈ ਇਹ ਵੀ ਕਮੈਂਟ ਕਰਦੇ ਯਾਰ ਕਹਿੰਦੇ ਤੈਨੂੰ ਬੋਕਾਂ ਦੀ ਪਈ ਹੈ ਤੈਨੂੰ ਬੱਕਰੇ ਚਾਰ ਦੀ ਪਈ ਹੈ ਤੈਨੂੰ ਟ੍ਰੇਨਿੰਗ ਦੀ ਪਈ ਹੈ ਹਨਾ ਇਹ ਬਈ ਝੋਨਾ ਨਹੀਂ ਵਿਖਦਾ ਹਾਂ ਪਹਿਲੀ ਗੱਲ ਆਪਾਂ ਝੋਨਾ ਖਾਂਦੇ ਨਹੀਂ ਠੀਕ ਹੈ ਹਾਂ 10 ਕਿਲੋ ਵੀ ਨਹੀਂ ਖਾਂਦੇ ਸਾਲ ਦਾ ਇਹਦੀਆਂ ਬਈ 20-25 ਸਾਲ ਪਹਿਲਾਂ ਨੀਤੀਆਂ ਬਣੀਆਂ ਸਰਕਾਰ ਦੀਆਂ ਆਪਾਂ ਐਮਐਸਪੀ ਪਿੱਛੇ 100 ਲੜੀ ਜਾਗੇ ਐਮਐਸਪੀ ਵੀ ਦੇ ਦੇਣਗੇ ਪਰ ਇਹਨਾਂ ਦੀ ਇਹ ਜੀ ਨੀਤੀ ਆਪਾਂ ਨੂੰ ਬਈ ਫੇਰ ਵੀ ਨਹੀਂ ਆਪਾਂ ਨੂੰ ਇਹ ਕਾਮਯਾਬ ਹੋਣ ਦਿੰਦੇ ਇਹ ਝੋਨੇ ਕਣਕ 'ਚੋਂ ਆਪਾਂ ਨੂੰ ਨਿਕਲਣਾ ਪੈਣਾ ਜਿਹੜਾ ਆਪਣੇ ਪੁਰਾਣੇ ਬਜ਼ੁਰਗ ਖੇਤੀ ਕਰਦੇ ਸੀ ਉਹੀ ਬਈ ਅਨਾਜਾਂ ਦੀ ਖੇਤੀ ਕਰਨੀ ਪਊਗੀ ਥੋੜ੍ਹੀ ਥੋੜ੍ਹੀ ਛੋਲੇ ਬੀਜ ਲਏ ਉਹ ਬੀਜ ਲਿਆ ਹਨਾ ਤਾਰਾ ਮੀਰਾ ਬੀਜ ਲਿਆ ਸਰੋਂ ਬੀਜ ਲਈ ਸਾਰਾ ਕੁਛ ਉਹ ਬਈ ਉੱਥੇ ਆਉਣਾ ਪਊਗਾ ਤੇ ਖਰਚਾ ਜ਼ੀਰੋ ਕਰਨਾ ਪਊਗਾ ਬਈ ਆਪਣੇ ਟੱਬਰ ਦਾ ਹੁਣ 5-10 ਕਿੱਲਿਆਂ ਵਾਲਾ ਵੀ ਬਈ ਸਾਰੀ ਸਬਜ਼ੀ ਮੁੱਲ ਖਰੀਦਦਾ ਦੁੱਧ ਵੀ ਮੁੱਲ ਖਰੀਦਦਾ ਦਹੀਂ ਵੀ ਮੁੱਲ ਖਰੀਦਦਾ ਪਨੀਰ ਵੀ ਮੁੱਲ ਖਰੀਦਦਾ ਤੇ ਮਾੜਾ ਬਣਾਉਟੀ ਘਿਓ ਵੀ ਬਈ ਬਾਹਰੋਂ ਦੇਸੀ ਜਿਹੜਾ ਖਰੀਦਦਾ ਠੀਕ ਹੈ ਇਹਦੇ ਆਪਾਂ ਨੂੰ ਆਪਦੇ ਪ੍ਰਾਤਨ ਸਮੇਂ 'ਚ ਮੁੜਨਾ ਪਊਗਾ ਬਈ ਆਉਣਾ ਪਊਗਾ ਜਿਹੜੇ ਆਪਣੀਆਂ ਖੁਰਨੀਆਂ ਜਿਹੜਿਆਂ ਨੇ ਢਾਤੀਆਂ ਉਹਨਾਂ ਨੂੰ ਤਾਂ ਦੁਬਾਰੇ ਬਣਾਉਣੀਆਂ ਪੈਣੀਆਂ ਜਿੰਨਾਂ ਕੋਲੇ ਹਜੇ ਖੁਰਨੀਆਂ ਪੰਗਾਂ ਬਈ ਉਹ ਕਿੱਲੇ ਨਵੇਂ ਘੜਾ ਲਓ ਆਪਦੇ 2-2 ਮੱਝਾਂ ਗਾਈਆਂ ਮੈਂ ਨਹੀਂ ਕਹਿੰਦਾ ਵੱਡੇ ਫਾਰਮ ਪਾਓ ਆਪਦਾ ਬਈ ਪਸ਼ੂ ਧਨ ਦੁਬਾਰੇ ਵਾਪਸ ਲਿਆਉਣਾ ਪਊਗਾ ਠੀਕ ਹੈ ਉਹਨਾਂ ਦੇ ਆਪ ਪ੍ਰੋਡਕਟ ਬਣਾਓ ਹੁਣ ਕਈ ਭਰਾ ਕਹਿ ਦੇਣਗੇ ਯਾਰ ਸਾਡਾ ਡੈਰੀ ਫਾਰਮ ਸੀਗਾ ਦੁੱਧ ਨਹੀਂ ਕਿਸੇ ਨੇ ਚੱਕਿਆ ਬਈ ਜਦੋਂ ਮੰਡੀ 'ਚ ਜਾਓਗੇ ਸੋਡੀ ਲੁੱਟ ਲਾਜ਼ਮੀ ਆ ਕਿਸੇ ਦੁਕਾਨ ਤੇ ਜਾਓਗੇ ਸੋਡੀ ਲੁੱਟ ਲਾਜ਼ਮੀ ਆ ਇਹ ਤੁਹਾਨੂੰ ਆਪ ਦੁਕਾਨਦਾਰ ਬਣਨਾ ਪਊਗਾ ਆਪ ਦਾ ਜਿੰਨਾ ਦੁੱਧ ਹੈਗਾ ਆਪ ਪੀ ਲਓ ਠੀਕ ਹੈ ਉਹਦਾ ਜਿਹੜਾ ਪ੍ਰੋਡਕਟ ਬਣਾ ਲਓ ਪਨੀਰ ਬਣਾ ਲਓ ਖੋਆ ਕੱਢ ਲਓ ਤੇ ਘਿਓ ਬਣਾ ਲਓ ਉਹ ਆਪ ਵਿੱਚੋਂ ਥੋੜਾ ਥੋੜਾ ਕਰਕੇ ਬਈ ਠੀਕ ਹੈ ਦੇਸੀ ਮੁਰਗੀਆਂ ਦਾ ਫਾਰਮ ਕਰ ਲਓ 100 ਮੁਰਗੀ ਰੱਖ ਲਓ ਬਈ 200 ਰੱਖ ਲਓ ਉਹ ਵਧੀਆ ਤੀਜਾ ਆ ਗਿਆ ਬਈ ਜਿਹੜਾ ਆਪਣਾ ਪ੍ਰਤਨ ਜਿਹੜਾ ਪੁਰਾਣਾ ਕੰਮ ਹੈ ਬੱਕਰੀ ਪਾਲਣ ਦਾ ਬਹੁਤ ਵਧੀਆ ਕੰਮ ਹੈ ਇਹਨੂੰ ਗਰੀਬ ਬੰਦਾ ਵੀ ਜਮਾ ਕਰ ਸਕਦਾ ਇਹਨੂੰ ਅਮੀਰ ਬੰਦਾ ਵੀ ਬਈ ਜਮਾ ਕਰ ਸਕਦਾ ਇਹਨੂੰ ਠੀਕ ਹੈ ਇਹਦੇ ਵਾਸਤੇ ਕੋਈ ਜ਼ਿਆਦਾ ਬਜਟ ਦੀ ਲੋੜ ਨਹੀਂਗੀ ਇਹ ਚੀਜ਼ਾਂ ਲਿਆਵਾਂਗੇ ਬਈ ਫੇਰ ਆਪਣਾ ਹੁਣ ਜਿਹੜੇ ਭਰਾ ਮੰਡੀਆਂ 'ਚ ਬੈਠੇ ਆ ਝੋਨਾ ਹਨਾ 10-10 15-15 ਇਹਦਾ ਬਈ ਹਜੇ ਕੀ ਆ ਇਦੂਗਾ ਇਹਦਾ ਟ੍ਰਾਇਲ ਆ ਹਜੇ ਇਦੂਗਾ ਬਹੁਤ ਟਾਈਮ ਮਾੜਾ ਆਉਣ ਵਾਲਾ ਖੇਤੀ ਤੇ ਠੀਕ ਹੈ ਹੁਣ ਕਈ ਭਰਾ ਕਹਿ ਦੇਣਗੇ ਬਈ ਹੁਣ ਇੱਕ ਨਾ ਹੋਰ ਵੀ ਵਿਦਵਾਨ ਵਿੱਚ ਘੋੜਦਾ ਜਿਨ੍ਹਾਂ ਨੂੰ ਖੇਤੀ ਦਾ ਪਤਾ ਨਹੀਂਗਾ ਕਹਿੰਦੇ ਬਈ 2 ਸਾਲ ਝੋਨਾ ਨਾ ਲਾਓ 3 ਸਾਲ ਕਣਕ ਨਾ ਲਾਓ ਸੈਂਟਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਚੀਕਾਂ ਨਿਕਲ ਜਾਣਗੀਆਂ ਆਓ ਵੀ ਇਹਨਾਂ ਨੂੰ ਕੀ ਹਾਂ ਬਈ ਇਹਨਾਂ ਨੂੰ ਮਿਲਣਾ ਹੀ ਨਹੀਂ ਆ ਕੁਛ ਇਹਨਾਂ ਨੂੰ ਬਈ ਕੋਈ ਫਰਕ ਨਹੀਂ ਪੈਂਦਾ ਸਰਕਾਰ ਨੂੰ ਜਮਾਂ ਨਾ ਬੀਜੋ ਅੱਗਿਆ ਸਾਡਾ 11-1200 ਏਕੜ ਜਿਹੜਾ ਸਾਡਾ ਪਿੰਡ ਆ ਛੋਟਾ ਜਿਹਾ ਸਾਰਾ ਨਰਮਾ ਹੁੰਦਾ ਸੀ ਬਈ ਇੱਥੇ ਤੇ ਹੁਣ ਇੱਕ ਪੰਡ ਨਹੀਂ ਨਰਮੇ ਦੀ ਹੁਣ ਬਈ ਸਰਕਾਰ ਨਰਮੇ ਬਣਾ ਉਹ ਬਾਹਰੋਂ ਮੰਗਾ ਲੈਂਦੇ ਆ ਬਈ ਮੰਗਾ ਲੈਂਦੇ ਆ ਬਾਹਰੋਂ ਉਹਨਾਂ ਨੂੰ ਸਾਰਾ ਸਮਾਨ ਤਿਆਰ ਮਿਲਦਾ ਠੀਕ ਹੈ ਆਟੋ ਆਟਵਾਈ ਕੰਪਨੀਆਂ ਨੂੰ ਦਿੰਦੀ ਆ ਆਪਦੇ ਬੰਦਿਆਂ ਨੂੰ ਠੇਕਾ ਆਉਂਦਾ ਸਾਰਾ ਬਈ ਉਹਨਾਂ ਨੂੰ ਪੈਸੇ ਬਣਦੇ ਆ ਆਪਾਂ ਤੋਂ ਜ਼ਿਮੀਂਦਾਰਾਂ ਤੋਂ ਤਾਂ ਮਜਬੂਰੀ ਵਾਸੀ ਬਈ ਖਰੀਦਦੀ ਆ ਠੀਕ ਹੈ ਜੇ ਹੁਣ ਇਹ ਘਾਟੇ 'ਚ ਜਾਊਗੀ ਫੇਰ ਹੀ ਬਈ ਆਪਾਂ ਜਿਹੜੇ ਆ ਵੱਡੀਆਂ ਕਲੋਨੀਆਂ ਕੱਟੀ ਜਾਂਦੇ ਉਹਨਾਂ ਨੂੰ ਦੇਵਾਂਗੇ ਹੁਣ ਕਈ ਭਰਾ ਕਹਿੰਦੇ ਯਾਰ ਤੇਰੇ ਤਾਂ ਗੱਲਾਂ ਆਉਂਦੀਆਂ ਤੈਨੂੰ ਠੀਕ ਹੈ ਵਾਹਣ ਠੇਕੇ ਤੇ ਆ ਬਈ ਵਾਹਣ ਹਾਂ ਆਪਣਾ ਠੇਕੇ ਤੇ ਆ ਬਈ ਠੀਕ ਹੈ ਮੈਥੋਂ ਆਪਾਂ ਤੋਂ ਹੁੰਦਾ ਨਹੀਂ ਗਾ ਆਪਣੇ ਹੋਰ ਕੰਮ ਬਹੁਤ ਆ ਠੀਕ ਹੈ ਪਰ ਬਈ ਠੇਕਾ ਵੀ ਫੇਰ ਹੀ ਗਾਣੂ ਭਰੂਗਾ ਜੇ ਕੋਈ ਫਸਲ ਹੋਊਗੀ ਜਾਂ ਹੁਣ ਜੀਰੀ ਬਿਕੂ ਤਾਂ ਤੈਨੂੰ ਤਾਂ ਹੱਥ ਲਊਗਾ ਤੇਰਾ ਵਾਹਣ ਮੇਰਾ 20-25 ਹਜ਼ਾਰ ਖੜਾ ਹੈ ਹੁਣ ਨਾ ਤਾਂ ਉਹਨੂੰ ਮੰਗਣ ਜੋਗਿਆ ਉਹ ਤੋਂ ਜੇ ਬਿਕੂਗੀ ਤਾਂ ਮੈਂ ਮੰਗੂਗਾ ਤੇ ਗਾਣੂ ਵੀ ਠੇਕਾ ਫੇਰ ਹੀ ਬਈ ਲੱਗੂਗਾ ਮੇਰਾ ਵਾਹਣ ਮੈਂ ਤਾਂ ਸੁੱਖਾ ਸੌਖਦਾ ਮੇਰਾ 100-200 ਮਾਣ ਇੱਥੋਂ ਫਸਲ ਝੜੇ ਬਈ ਠੇਕੇ ਵਾਲੇ ਦਿਓ ਮੇਰੇ ਵੀ 2 ਪੈਸੇ ਵੱਧ ਆਉਣ ਸਹੀ ਗੱਲ ਆ ਇਹਦੇ ਵਾਸਤੇ ਬਈ ਇਹ ਕੋਈ ਤਾਨੇ ਮਿਹਣੇ ਵਾਲੀ ਗੱਲ ਨਹੀਂ ਸੋਡਾ ਝੋਨਾ ਵਿਕੇ ਨਾ ਵਿਕੇ ਠੀਕ ਹੈ ਪਰ ਇਹਦੇ ਵਿੱਚ ਕੀ ਚੱਕਰ ਹੈ ਇਹ ਆਪਾਂ ਹੀ ਇਹਦੇ ਜ਼ਿੰਮੇਵਾਰ ਆ ਬਈ ਇਹਦੇ ਵਿੱਚੋਂ ਨਿਕਲਣਾ ਪੈਣਾ ਆਪਾਂ ਨੂੰ ਸਰਕਾਰ ਦੀਆਂ ਨੀਤੀਆਂ ਨੂੰ ਭੰਨਣਾ ਪਊਗਾ ਠੀਕ ਹੈ ਆਪਾਂ ਨੂੰ ਜਿਹੜਾ ਆਪਣੇ ਸਹਾਇਕ ਕਿੱਤੇ ਉਹਨਾਂ ਵਿੱਚ ਆਉਣਾ ਹੀ ਪਊਗਾ ਇਹਦੇ ਵਿੱਚ ਵੀ ਬਈ ਬਹੁਤ ਲੋਕ ਫੇਲ ਹੋਏ ਸਹਾਇਕ ਕਿੱਤੇ ਵੱਡੇ ਵੱਡੇ ਡੈਰੀ ਫਾਰਮ ਕੀਤੇ ਸੀ ਮੁਰਗੀ ਫਾਰਮ ਕੀਤੇ ਸੀ ਗਾਈਆਂ ਦੇ ਬੱਕਰੀਆਂ ਦੇ ਕਰੇ ਸੀ ਮੈਂ ਪਰ ਉੱਡੇ ਲੈਵਲ ਦੀ ਗੱਲ ਨਹੀਂ ਕਰਦਾ ਬਈ ਮੈਂ ਕਹਿਣਾ ਤੁਹਾਡੇ ਕੋਲੇ 40-50 ਮੁਰਗੀਆਂ ਘਰੇ ਫਿਰਦੀਆਂ ਹੋਣ ਤੁਹਾਡੇ ਜਵਾਕ ਬੱਚੇ ਆਪ ਤੁਸੀਂ ਆਂਡਾ ਮੀਟ ਖਾ ਲਓ ਠੀਕ ਹੈ ਖਰਚਾ ਬਚ ਗਿਆ ਕੋਈ ਅੱਧੀ ਕਨਾਲ ਬਈ ਸਬਜ਼ੀ ਬੀਜ ਲਓ ਠੀਕ ਹੈ ਤੁਹਾਨੂੰ ਸੌਂ ਪਾ ਦਿਓ ਯਾਰ ਆਪਾਂ ਬਾਹਰੋਂ ਕੋਈ ਚੀਜ਼ ਲੈ ਕੇ ਖਾਣੀ ਨਹੀਂ ਜੇ ਨਹੀਂ ਆਉਂਦੀ ਭੁੱਖੇ ਰਹਿ ਲਾਂਗੇ ਠੀਕ ਹੈ ਦਾਲਾਂ ਸਬਜ਼ੀਆਂ ਆਪਣੇ ਵਾਹਣ 'ਚ ਹੁੰਦੀਆਂ ਬਈ ਉੱਥੋਂ ਖਰਚਾ ਬਚੂਗਾ ਬਈ ਦੁੱਧ ਘਿਓ ਮੱਖਣੀ ਪਨੀਰ ਸਾਰਾ ਘਿਓ ਆਪਦਾ ਨਾਲੇ
ਆਪਣੀਆਂ ਅੱਖਾਂ ਸਾਹਮਣੇ ਚੰਗਾ ਉਹ ਬਣਾਓ ਬਈ ਠੀਕ ਹੈ ਤੇ ਆ ਬੱਕਰੀਆਂ ਰੱਖੋ ਬਈ ਠੀਕ ਹੈ ਬਹੁਤ ਚੰਗਾ ਇਹ ਵੀ ਧੰਦਾ ਹੈਗਾ ਬਹੁਤ ਵਧੀਆ ਇਨਕਮ ਹੈਗੀ ਆ ਨਾਲ ਬਈ ਸਹਾਇਕ ਕਿੱਤਾ ਹੋਊਗਾ ਤੁਹਾਡੇ ਤੁਸੀਂ ਖੇਤੀ 'ਚ ਵੀ ਕਾਮਯਾਬ ਹੋ ਜਾਓਗੇ ਹੁਣ ਭਰਾ ਕਹਿ ਦੇਣਗੇ ਜੇ ਸਾਰਿਆਂ ਨੇ ਰੱਖ ਲਈਆਂ ਸਾਰਾ ਬਈ ਇੰਨੀ ਕਿਸੇ 'ਚ ਹਿੰਮਤ ਨਹੀਂ ਤੁਸੀਂ ਸ਼ੁਰੂਆਤ ਕਰੋ ਤੁਸੀਂ ਜੇ ਤੁਹਾਡੇ ਕੋਲੇ 20-25 ਲੀਟਰ ਦੁੱਧ ਹੈਗਾ ਉਹਨੂੰ ਡੈਰੀ ਤੇ ਨਾ ਪਾਓ ਉਹਦਾ ਘਿਓ ਕੱਢ ਲਓ ਉਹਦਾ ਪਨੀਰ ਕੱਢ ਲਓ ਉਹਨੂੰ ਵੇਚੋ ਉਹਦੀ ਪੈਕਿੰਗ ਕਰਕੇ ਵੇਚੋ ਆਪ ਆੜਤੀਏ ਬਣੋ ਆਪ ਦੁਕਾਨਦਾਰ ਬਣੋ ਬਈ ਫਿਰ ਕਾਮਯਾਬ ਹੋਇਆ ਜਾਊਗਾ ਇਹ ਮੈਨੂੰ ਮਾੜਾ ਚੰਗਾ ਬੋਲਣ ਦੀ ਲੋੜ ਨਹੀਂ ਗੀ ਬਈ ਤੂੰ ਬੱਕਰਿਆਂ ਤੈਨੂੰ ਬੱਕਰੇ ਬੱਕਰੇ ਕਰੀ ਜਾਂਦੇ ਕਮੈਂਟ ਕੀਤਾ ਇੱਕ ਨੇ ਕਹਿੰਦਾ ਬਈ ਤੈਨੂੰ ਬੱਕਰੇ ਚਾਰਦਾ ਪਿਆ ਤੇ ਕਿਸਾਨ ਮੰਡੀਆਂ 'ਚ ਬੈਠੇ ਆ ਬਈ ਉਹ ਚੀਜ਼ਾਂ ਤੋਂ ਕਰਕੇ ਤਾਂ ਅਸੀਂ ਇੱਧਰ ਆਏ ਹਾਂ ਆਹ ਚੀਜ਼ਾਂ 'ਚ ਆਹ ਚੀਜ਼ਾਂ 'ਚ ਨਾ ਹਾਂ ਮੈਨੂੰ ਤਾਂ ਕੋਈ ਹੁਣ ਦਿੱਕਤ ਨਹੀਂ ਆਈ ਦੀ ਬਈ ਮੰਗ ਸਦਾ ਰਹਿਣੀ ਆ ਬੱਕਰੀਆਂ ਦੀ ਕਿਉਂਕਿ ਇਹਨੂੰ ਮੁਸਲਮਾਨ ਭਰਾ ਕੁਰਬਾਨੀ ਕਰਦੇ ਆ ਇਹਦਾ ਦੁੱਧ ਵੀ ਕੰਮ ਆਉਂਦਾ ਆਪਣੇ ਵਿਆਹਾਂ ਤੇ ਵੀ ਬਈ ਮੀਟ ਦੀ ਪੂਰੀ ਮੰਗ ਹੁੰਦੀ ਬਈ ਬੱਕਰੇ ਪੂਰੇ ਨਹੀਂ ਹੁੰਦੇ ਰਾਜਸਥਾਨ ਦੀਆਂ ਭੇਡਾਂ ਵੱਢ ਵੱਢ ਕੇ ਤਾਂ ਬਈ ਜੰਮੂ ਕਸ਼ਮੀਰ ਭੇਜੀ ਜਾਂਦੇ ਆ ਠੀਕ ਆ ਮੀਟ ਭੇਡਾਂ ਪੂਰੀਆਂ ਕਰ ਰਹੀਆਂ ਬੱਕਰੀਆਂ ਦਾ ਬਈ ਕਿ ਵਿੱਚ ਤਾਂ ਇਹੋ ਜਿਹੇ ਵੀ ਬੰਦੇ ਨੇ ਜਿਹੜੀਆਂ ਕਿ ਮਰੀਆਂ ਹੋਈਆਂ ਦਾ ਭੇਡਾਂ ਦਾ ਉਹ ਕਰ ਦਿੰਦੇ ਨੇ ਬੱਕਰੀਆਂ ਬੁੱਕਰੀਆਂ ਦਾ ਬਾਈ ਬਹੁਤ ਕੁਝ ਚੱਲੀ ਜਾਂਦਾ ਜਿਹੜਾ ਹੁਣ ਵਿਆਹ ਤੇ ਤੁਹਾਨੂੰ 450 ਰੁਪਏ 500 ਨੂੰ ਤੁਹਾਨੂੰ ਪੈਲਸਾਂ 'ਚ ਖਵਾਇਆ ਜਾਂਦਾ ਉਹ ਜ਼ਹਿਰ ਆ ਬਈ ਉਹ ਨਾ ਖਾਓ ਉਹ ਐਂ ਨਹੀਂ ਪਤਾ ਬੱਕਰੀ ਨੇ ਕਿੰਨੇ ਬਈ ਸੂਏ ਦਿੱਤੇ ਆ ਕਾਹਦੇ ਨਾਲ ਮਰੀ ਆ ਹੁਣ ਕਈ ਇਹ ਜੇ ਬਿਮਾਰ ਹੋ ਜਾਂਦੇ ਬੱਕਰੀ ਇਹ ਜੇ ਟੀਕੇ ਲੱਗਦੇ ਆ ਉਹਦੇ ਉੱਤੇ ਟੀਕੇ ਤੇ ਲਿਖਿਆ ਹੁੰਦਾ ਬਈ 10 ਦਿਨ ਤੁਸੀਂ ਇਹਦਾ ਦੁੱਧ ਨਹੀਂ ਪੀ ਸਕਦੇ 10 ਦਿਨ ਮੀਟ ਨਹੀਂ ਖਾ ਸਕਦੇ ਉਹ ਮਰ ਜਾਂਦੇ ਹੁਣ ਹਾਈ ਟੈਕ ਆ ਚਿੱਚੜਾਂ ਵਾਸਤੇ ਠੀਕ ਹੈ ਉਹਦਾ 10 ਦਿਨ ਆਪਾਂ ਉਹਦਾ ਮੀਟ ਨਹੀਂ ਖਾ ਸਕਦੇ ਉਹਦਾ ਦੁੱਧ ਨਹੀਂ ਪੀ ਸਕਦੇ ਠੀਕ ਹੈ ਉਹ ਚੀਜ਼ਾਂ ਬਈ ਉਹ ਉਹਨਾਂ ਨੇ ਵੇਖਣਾ ਹੀ ਨਹੀਂ ਕੁਛ ਬਈ ਉਹਦਾ ਚੱਕ ਕੇ ਹੁਣ ਜੇ ਤੁਸੀਂ ਕੱਚਾ ਮੀਟ ਖਾਣਾ ਚਾਹੁੰਦੇ ਹੋ ਬਈ ਬੱਕਰੇ ਦਾ ਠੀਕ ਹੈ ਪ੍ਰੋਪਰ ਬੱਕਰੇ ਦਾ ਖਾਣਾ ਚਾਹੁੰਦੇ ਕੱਚਾ ਮੀਟ 700 ਤੋਂ 800 ਰੁਪਏ ਹੈ ਬਈ ਇਹ ਆਪਣੇ ਘਿਓ ਵਾਲੀ ਗੱਲ ਹੈ ਹੁਣ ਬੁੜੀਆਂ ਘਰੇ ਕਿਉਂ ਨਹੀਂ ਘਿਓ ਕੱਢਦੀਆਂ ਕਹਿੰਦੀਆਂ ਬਾਜਦਾ ਕੁਛ ਨਹੀਂ ਮੁੱਲ ਤੋਂ ਬਾਹਰੋਂ 550-600 ਰੁਪਏ ਘਿਓ ਆ ਜਾਂਦਾ ਤੁਸੀਂ ਕਮਲਿਓ ਇਹੀ ਵੇਖ ਲਓ ਰੜਕ ਕੇ ਜੇ ਆਪਾਂ ਨੂੰ ਘਰੇ ਆਪਦੇ ਦੁੱਧ ਦਾ ਹੀ 800-900 ਰੁਪਏ ਦਾ ਘਿਓ ਕਿਲੋ ਇੱਕ ਤਿਆਰ ਹੁੰਦਾ ਤੇ ਬਈ ਬਾਹਰੋਂ ਜਿਹੜਾ 600 ਕਿਵੇਂ ਰੀਜਨਲ ਹੋਊਗਾ ਇਹ ਆਪਾਂ ਅੱਖਾਂ ਮੀਚੀਆਂ ਬਈ ਬਸ ਅੱਖਾਂ ਮੀਚ ਕੇ ਚੱਲੀ ਜਾਂਦਾ ਆਪਦੀ ਸਿਹਤ ਤੇ ਹੰਡਾਈ ਜਾਂਦਾ ਬਾਕੀ ਅੱਧੇ ਬੰਦੇ ਕਰਕੇ ਵੀ ਖੋਚ ਨਹੀਂ ਰਾਜਵੀਰ ਇਹ ਹਾਂ ਬਈ ਹੁਣ ਆ ਬੱਕਰੀਆਂ ਦਾ ਕਰਿਆ ਬਈ 1% ਘਾਟਾ ਨਹੀਂ ਪਿਆ ਹਾਂ ਕਿਤੇ ਮਰਦੀਆਂ ਬਈ ਉਦੋਂ ਦੁੱਗਣੀਆਂ ਹੋ ਵੀ ਜਾਂਦੀਆਂ ਇਹ ਤੇ ਮਰਦੀ ਜਮਾਂ ਨਹੀਂ ਬਈ ਬੱਕਰੀ ਜਦੋਂ ਆਪਣੀ ਮੇਰੀ ਗਲਤੀ ਹੋਊਗੀ ਜਿੰਨੀਆਂ ਮੈਂ ਮਾਰੀਆਂ ਆਪਦੀ ਗਲਤੀ ਨਾ ਮਾਰੀਆਂ ਠੀਕ ਹੈ ਕੋਈ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਹੋਣਾ ਜਾਂ ਕੋਈ ਬਾਹਰੋਂ ਬਿਮਾਰ ਬੱਕਰੀ ਲਿਆ ਕੇ ਛੱਡੀ ਹੋਣੀ ਹੈ ਜਾਂ ਬਈ ਕੋਈ ਮੈਂ ਸੇਵਾ ਨਹੀਂ ਕੀਤੀ ਹੋਣੀ ਪ੍ਰੋਪਰ ਫੀਡ ਨਹੀਂ ਪਈ ਉਹਨੂੰ ਫੇਰ ਮਰੀ ਹੈ ਨਹੀਂ ਬੱਕਰੀ ਛੇਤੀ ਮਰਦੀ ਨਹੀਂ ਬਈ ਠੀਕ ਹੈ ਬਹੁਤ ਵਧੀਆ ਧੰਦਾ ਹੈਗਾ ਤੇ ਇਹ ਬੱਕਰੀਆਂ ਦਾ ਆਪਣਾ ਬਈ ਫਾਰਮ ਹੈਗਾ ਕੋਠੇ ਕੋਰ ਸਿੰਘ ਵਾਲੇ 'ਚ ਠੀਕ ਹੈ ਹੁਣ ਨੈਗੇਟਿਵ ਪ੍ਰਚਾਰ ਬਹੁਤ ਚੱਲੀ ਜਾਂਦਾ ਬਈ ਬੱਕਰੀਆਂ 'ਚੋਂ ਕੁਛ ਵੱਜਦਾ ਨਹੀਂ ਵੱਜਦਾ ਉਹਨਾਂ ਹੱਥ ਨਹੀਂ ਜਿਹੜੇ ਬਿਨਾਂ ਤਜਰਬੇ ਤੋਂ ਕਰਦੇ ਆ ਬਿਨਾਂ ਸਿੱਖੇ ਤੋਂ ਕਰਦੇ ਆ ਮੈਂ ਨਹੀਂ ਕਹਿੰਦਾ ਬਈ ਇੱਥੇ ਹੁਣ ਕਹਿ ਦੇਣਗੇ ਟ੍ਰੇਨਿੰਗ ਦੇਣ ਦਾ ਮਾਰਾ ਕਿੱਥੋਂ ਮਰਜ਼ੀ ਸਿੱਖ ਲਓ ਜੇ ਕੋਈ ਨੂੰ ਬਈ ਸਹੀ ਕੋਈ ਜਾਣਕਾਰੀ ਦਿੰਦਾ ਬਹੁਤ ਮੁੰਡੇ ਆ ਜਿਹੜੇ ਬਈ ਜਾਣਕਾਰੀ ਵਧੀਆ ਦਿੰਦੇ ਉਹਨਾਂ ਦੇ ਕੋਲੇ ਮਹੀਨਾ ਮਹੀਨਾ ਰਹੋ 10-10 ਦਿਨ ਲਾਓ ਅਗਲੇ ਨਾਲ ਠੀਕ ਹੈ ਹੁਣ ਕਈ ਬਈ ਘਰੇ ਬੈਠੇ ਫੋਨ ਤੇ ਸਿੱਖਣਾ ਚਾਹੁੰਦੇ ਉਹ ਨਹੀਂ ਬਈ ਸਿੱਖ ਕੇ ਬਿਜ਼ਨਸ ਹੁੰਦੇ ਇਹ ਆਪਣੀ ਬਈ ਹਰ ਮਹੀਨੇ ਟ੍ਰੇਨਿੰਗ ਹੁੰਦੀ ਆ ਫਾਰਮ ਤੇ ਇੱਥੇ ਹੁਣ 16 ਤੇ 17 ਨਵੰਬਰ ਦੀ ਟ੍ਰੇਨਿੰਗ ਹੈ ਆਈ ਹਫ਼ਤੇ ਜਾਣਾ ਹਾਂ ਹਫ਼ਤੇ 'ਚ ਤੇ ਇਹਦਾ 4500 ਰੁਪਇਆ ਖਰਚਾ ਲਿਆ ਹੁਣ ਇਹਨੂੰ ਵੀ ਬਈ ਕਈ ਕਹਿ ਦੇਣਗੇ ਠੱਗੀ ਆ ਇਹ ਆਏ ਆ ਬਈ ਆਪਦੀ ਬਈ ਕਲਾ ਅਸੀਂ ਸਿਖਾਉਣੇ ਆ ਇਹ 'ਚ ਬਾਕੀ ਖਾਣ ਪੀਣ ਦਾ ਇੱਥੇ ਹੁੰਦਾ ਪ੍ਰਬੰਧ ਸਾਰਾ ਬਈ ਰਹਿਣ ਦਾ ਰੋਟੀ ਪਾਣੀ ਦਾ ਪ੍ਰਬੰਧ ਦਾ ਸਰਟੀਫਿਕੇਟ ਦੇਣਾ ਸੈਂਟਰ ਗਵਰਨਮੈਂਟ ਤੋਂ ਕਿੰਨੇ ਦਿਨਾਂ ਦੀ ਹੁੰਦੀ ਹੈ ਟ੍ਰੇਨਿੰਗ ਆਪਣੀ ਹਾਂਜੀ 2 ਦਿਨ ਦੀ ਹੁੰਦੀ ਹੈ ਜੀ ਸੈਂਟਰ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੰਨੇ ਆ ਠੀਕ ਹੈ ਜਿਹੜੇ ਨੇ ਲੋਨ ਵਗੈਰਾ ਕਰਾਉਣਾ ਹੁੰਦਾ ਤੇ ਪੂਰੀ ਟ੍ਰੇਨਿੰਗ ਬਈ ਕਿਵੇਂ ਬੱਕਰੀ ਖਰੀਦਣੀ ਹੈ ਕਿਵੇਂ ਸਾਂਭਣਾ ਕੀ ਉਹਦਾ ਰਹਿਣ ਬਸੇਰਾ ਕੀ ਉਹਦਾ ਘਾਟਾ ਵਾਧਾ ਸਾਰੀ A to Z ਜਾਣਕਾਰੀ ਆਪਾਂ ਇਹਦੇ ਵਿੱਚ ਦਿੰਨੇ ਆ ਬਾਈ ਜੀ ਠੀਕ ਹੈ ਹਾਂਜੀ ਤੇ ਬਾਈ ਬਾਕੀ ਤੇਰੀ ਜਾਣਕਾਰੀ ਵੀ ਵਧੀਆ ਲੱਗੀ ਨਾ ਵੀਡੀਓ ਤੇ ਵਿੱਚ ਜਿਹੜਾ ਤੁਹਾਨੂੰ ਦੱਸਿਆ ਹੈਗਾ ਵੀ ਆਪਾਂ ਨੂੰ ਸਹਾਇਕ ਕਿੱਤਿਆਂ ਵੱਲ ਮੁੜਨਾ ਪਊ ਚਾਹੇ ਦੀ ਮੱਝਾਂ ਹੋਣ ਗਾਵਾਂ ਹੋਣ ਬਾਈ ਰੱਖਣਾ ਪਊਗਾ ਦੁਬਾਰੇ ਜੇ ਤੁਸੀਂ ਬਚਣਾ ਇਕੱਲੇ ਝੋਨੇ ਦੇ ਨਾ ਤਾਂ ਝੋਨਾ ਬਈ ਖਾਧਾ ਜਾਣਾ ਹੁਣ ਸਰੋਂ ਹੁੰਦੀ ਬਈ ਤੇਲ ਵੀ ਕਢਾ ਲੈਂਦੇ ਉਹ ਚੋਂ ਤੇਲ ਵੀ ਨਹੀਂ ਨਿਕਲਦਾ ਸਾਲਾ ਆਪਾਂ ਚੌਲ ਖਾਂਦੀ ਨਹੀਂ ਹੈਗੇ ਪਹਿਲੀ ਗੱਲ ਤਾਂ ਚੌਲ ਚੋਂ ਬਈ ਕੋਈ ਨਿਕਲਦਾ ਹੀ ਨਹੀਂ ਦਸਵੀਂ ਵਾਲੇ ਖੀਰ ਬਣਾ ਲੈ ਹੁੰਦੀ ਬਈ ਆਪਦੀਆਂ ਮੱਝਾਂ ਗਾਈਆਂ ਨੂੰ ਬੱਕਰੀਆਂ ਨੂੰ ਪਰ ਉਹ ਵੀ ਜਾਨਵਰ ਹੈ ਨਹੀਂ ਇਹ ਕਾਸੇ ਨੂੰ ਨਹੀਂ ਪੈਂਦਾ ਬਈ ਇਹ ਮੈਂ ਬੱਕਰੀਆਂ ਛੱਡ ਦੇਣਾ ਲੈ ਖਾਲੀਆਂ ਬੱਕਰੀ ਉਹਦੀ ਆਫਰ ਜੂਗੀ ਹੋਰ ਨਹੀਂ ਬੱਕਰੀ ਜ਼ਹਿਰ ਨਹੀਂ ਛੱਡਦੀ ਬਈ ਉਹ ਵੀ ਖਾ ਜਾਂਦੀ ਹੈ ਇਹ ਝੋਨਾ ਹੈ ਇਹ ਜੀ ਚੀਜ਼ ਬਈ ਇਹ ਨਿਕਲਣਾ ਹੀ ਪੈਣਾ ਆਪਾਂ ਨੂੰ ਠੀਕ ਹੈ ਮੈਂ ਨਹੀਂ ਕਹਿੰਦਾ ਝੋਨਾ ਲਾਓ ਨਾ ਲਾਓ ਪਰ ਹੁਣ ਬਈ ਜਵਾਕ ਮੂੰਹ ਨਹੀਂ ਝਾਕੀ ਜਾਂਦੇ ਦੀਵਾਲੀ ਸਾਰੀ ਸੁਣਨੀ ਨਿਕਲ ਗਈ ਠੀਕ ਹੈ ਹੁਣ ਪੈਸੇ ਆਉਣ ਤਾਂ ਯਾਰ ਆਪਾਂ ਦੀਵਾਲੀ ਮਨਾਵਾਂਗੇ ਠੀਕ ਹੈ ਸਹੀ ਗੱਲ ਆ ਇਹ ਚੀਜ਼ ਹੈ ਇੱਕ ਬਈ ਆਪਦੀਆਂ ਜਿਹੜਾ ਕੋਈ ਭਰਾ ਹੱਥੀ ਤਿਆਰ ਕਰਦਾ ਨਾ ਚੀਜ਼ ਉਹਦਾ ਸਾਥ ਦਿਆ ਕਰੋ ਕੋਈ ਆਪਣਾ ਜੱਟ ਜ਼ਿਮੀਂਦਾਰ ਹੁਣ ਕਈ ਡੈਰੀ ਫਾਰਮ ਵਾਲੇ ਰੋਡੂ ਡੈਰੀ ਫਾਰਮ ਵਾਲੇ ਆ ਘਰੇ ਬਣਾਉਣ ਲੱਗ ਗਏ ਖੋਆ ਸਾਰਾ ਉਹ ਉਹਨਾਂ ਤੋਂ ਲਓ ਬਈ ਦੁਕਾਨਾਂ ਤੋਂ ਛੱਡ ਕੇ ਜੇ ਕੋਈ ਬੀਬੀ ਭੈਣ ਘਰੇ ਖੇਸ ਬਣਾਉਂਦੀ ਹੈ ਚਾਦਰਾਂ ਘਰੇ ਬਣਾਉਂਦੀ ਹੈ ਉਹ ਤੋਂ ਖਰੀਦੋ ਠੀਕ ਹੈ ਇਹ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਉਹਨਾਂ ਦਾ ਦਿਮਾਗ ਸੈੱਟ ਕਰਨਾ ਪਊਗਾ ਬਈ ਆਪਾਂ ਨੂੰ ਸਹੀ ਗੱਲ ਆ ਇਹ ਨਹੀਂ ਗਾ ਹੁਣ ਗਾ ਵਿਆਹ ਆਉਣੇ ਆ 50,000 ਦੇ ਲੀੜੇ ਆਪਾਂ ਰੈਡੀ
ਆ ਜਿਹੜਾ ਪਾਕਿਸਤਾਨੀ ਨੂਣ ਆ ਸਿੰਧ ਦਾ ਨੂਣ ਆ ਆਪਣਾ ਪੰਜਾਬ ਦਾ ਨੂਣ ਚੰਗਾ ਜਿਹੜਾ ਉਹ ਝੱਗ ਦੇਈ ਜਾਂਦੇ ਦਰਿਆ ਸਮੁੰਦਰ ਦੀ ਉਹ ਵੀ ਨਹੀਂ ਚੰਗਾ ਆਪਣੇ ਪੰਜਾਬ 'ਚ ਬਈ ਇਕੱਲੀ ਨੂਣ ਵੀ ਆਪਣੇ ਪੰਜਾਬ ਦਾ ਹੀ ਮਿਲਦਾ ਅੱਛਾ ਹਾਂ ਤੇ ਦੂਜੀ ਤਾਂ ਆਪਣੇ ਘਰੋਂ ਬਈ ਆਪਾਂ ਚੀਜ਼ਾਂ ਸਾਰੀਆਂ ਪੈਦਾ ਕਰ ਸਕਦੇ ਹਾਂ ਬਈ ਕੋਈ ਚੱਕਰ ਹੀ ਨਹੀਂ ਤੇ ਠੀਕ ਆ ਬਈ ਰਾਜਵੀਰ ਹਾਂਜੀ ਧੰਨਵਾਦ ਜੀ।